ਇਸਤਰੀ ਹੋਈ ਹੈ। ਮੈਂ ਸੰਗਰੂਰ ਜਾ ਰਿਹਾ। ਆਹ ਤੁਸੀਂ ਦੇਖੋ ਚੌਂਕ ਦੇ ਵਿੱਚ ਚਾਰੇ ਪਾਸੇ ਇਹਨਾਂ ਨੇ ਗੱਡੀਆਂ ਲਗਾਤੀਆਂ। ਆਹ DSP ਆ ਰਿਹਾ ਹੈ, SHO ਲੱਗੇ ਹੋਏ ਹੈ। ਇਹ ਜਿਹੜੀ ਧੱਕੇਸ਼ਾਹੀ ਪੰਜਾਬ ਦੇ ਵਿੱਚ ਐਮਰਜੈਂਸੀ ਵਾਲੇ ਹਾਲਾਤ ਪੈਦਾ ਕਰਦੇ ਹੈ। ਹਾਂਜੀ ਦੇਖੋ ਮੈਂ ਜਾਣਾ ਹੈ ਸੰਗਰੂਰ, ਤੁਸੀਂ ਇਹ ਰੋਕਣਾ ਬੰਦ ਕਰੋ ਮੈਨੂੰ ਇਸ ਤਰ੍ਹਾਂ। ਇਹ ਕੋਈ ਗੱਲ ਹੈ ਯਾਰ, ਪੰਜਾਬ ਦੇ ਵਿੱਚ ਤੁਸੀਂ ਐਮਰਜੈਂਸੀ ਵਾਲੇ ਹਾਲਾਤ ਪੈਦਾ ਕਰਦੇ ਮੁੱਖ ਮੰਤਰੀ ਨੇ। ਕਾਹਦੀ ਰਿਕੁਐਸਟ ਹੈ ਇਹਦੇ ਵਿੱਚ? ਮੈਂ ਕੋਈ ਗਲਤ ਕੰਮ ਕਰ ਰਿਹਾ? ਮੈਂ ਕੋਈ ਧੱਕੇਸ਼ਾਹੀ ਕਰ ਰਿਹਾ? ਮੈਂ ਕੋਈ ਗੈਰ ਸੰਵਿਧਾਨਿਕ ਕੰਮ ਕਰ ਰਿਹਾ? ਮੈਂ ਕੋਈ ਕਾਨੂੰਨ ਤੇ ਬਾਹਰ ਜਾ ਰਿਹਾ? ਮੈਂ ਇੱਕ ਲੋਕਤੰਤਰ ਤਰੀਕੇ ਦੇ ਨਾਲ ਹੋ ਰਹੇ ਧਰਨੇ ਦੇ ਵਿੱਚ ਜਾ ਰਿਹਾ ਤੇ ਤੁਸੀਂ ਸਾਰੀ ਪੁਲਿਸ ਮੈਨੂੰ ਲਗਾ ਕੇ ਸਾਰੇ ਚੌਂਕ ਬੰਦ ਕੀਤੇ ਹੋਏ? ਇਸ ਤਰ੍ਹਾਂ ਚੱਲੂਗਾ ਯਾਰ ਇਹ ਕੰਮ? ਤੁਸੀਂ ਇਸ ਤਰ੍ਹਾਂ ਨਾ ਕਰੋ, ਮੇਰਾ ਰਸਤਾ ਛੱਡੋ, ਮੈਨੂੰ ਜਾਣ ਦਿਓ। ਤੁਸੀਂ ਮੈਂ ਜਾਣੀ ਜਾਣਾ ਹੈ, ਇਹ ਕਿ ਮੈਂ ਮਰਿੰਡੇ 5 ਮਿੰਟ ਆਪਣੇ ਘਰ ਰੁਕਣਾ ਹੈ ਤੇ ਮੈਂ ਜਾਣਾ ਹੈ ਸੰਗਰੂਰ। ਇਹ ਕੰਮ ਹੋਣਾ ਨਹੀਂ ਹੈ, ਤੁਸੀਂ ਇਹ ਗਲਤ ਕਰ ਰਹੇ ਹੋ। ਯਾਰ ਮੈਂ ਸਾਬਕਾ ਮੁੱਖ ਮੰਤਰੀ, ਆਮ ਲੋਕਾਂ ਦਾ ਕਿਆ ਹੋਊਗਾ? ਇਹਦਾ ਮਤਲਬ ਆਮ ਨੂੰ ਤਾਂ ਤੁਸੀਂ ਕੁੱਟ ਕੁੱਟ ਕੇ ਅੰਦਰ ਪਾੜ ਦੋਗੇ। ਪੰਜਾਬ ਨੂੰ, ਸਾਰਾ ਪੰਜਾਬ ਕੁੱਟਦੇਗੀ ਇਹ ਮੁੱਖ ਮੰਤਰੀ ਦੀ ਸਰਕਾਰ। ਕੋਈ ਗੱਲ ਨਹੀਂ ਹੈਗੀ ਸਰ, ਇਹ ਭਗਵੰਤ ਮਾਨ ਨੂੰ ਸਮਝਾਓ, ਮਾੜੀ ਮੋਟੀ ਸ਼ਰਮ ਕਰੇ ਯਾਰ, ਹੋਸ਼ ਕਰੇ। ਉਹ ਨੀ ਇੱਥੇ ਰੈਲੀਆਂ ਕਰਦੇ ਰਹੇ ਜਦੋਂ ਸਾਡੀ ਸਰਕਾਰ ਸੀ? ਕਿੱਥੇ ਅਸੀਂ ਸਰਕਾਰ ਉਹਨਾਂ ਨੂੰ ਧੱਕਾ ਕਰਿਆ? ਕਿੱਥੇ ਰੋਕਿਆ ਉਹਨਾਂ ਨੂੰ? ਮੈਂ 3 ਮਹੀਨੇ ਮੰਤਰੀ ਰਿਹਾ, ਮੁੱਖ ਮੰਤਰੀ ਰਿਹਾ, ਕਦੇ ਉਹਨੂੰ ਰੋਕਿਆ? ਸਾਨੂੰ ਲੋਕਤੰਤਰ ਤਰੀਕੇ ਨਾਲ ਕੋਈ ਪ੍ਰੋਟੈਸਟ ਵੀ ਨੀ ਕਰਨ ਦੇਣਾ ਤੁਸੀਂ? ਇਹ ਜੇ ਮੁੱਖ ਮੰਤਰੀ ਦੇ ਨਾਲ ਪਾਲਾ ਪੈ ਗਿਆ, ਪਹਿਲਾਂ ਵੀ ਮੁੱਖ ਮੰਤਰੀ ਰਹੇ ਹੈ, ਕਦੇ ਇਸ ਤਰ੍ਹਾਂ ਧੱਕਾ ਨੀ ਹੁੰਦਾ ਸੀ? ਐਮਰਜੈਂਸੀ ਵਾਲੇ ਹਾਲਾਤ ਪੈਦਾ ਕਰਤੇ? ਚਲੋ ਵੀ ਤੋਰੋ।